ਸੂਬੇ ਵਿੱਚ ਲੋਕ ਸੁਵਿਧਾ ਦੇ ਲਈ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਆਪਣੀ ਡਿਊਟੀ ਦੇ ਵਿੱਚ ਕੋਤਾਹੀ ਕਰਨ ਦੇ ਮਾਮਲੇ ਨਵੇਂ ਸਾਹਮਣੇ ਆ ਰਹੇ ਨੇ। ਇਸੇ ਤਰੀਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਲੇਟ ਲਤੀਫ ਅਧਿਕਾਰੀ ਵੀ ਲੋਕਾਂ ਦੇ ਲਈ ਪ੍ਰੇਸ਼ਾਨੀਆਂ ਦਾ ਸਬਬ ਬਣਦੇ ਨੇ। ਅਜਿਹਾ ਹੀ ਵੇਖਣ ਨੂੰ ਮਿਲਿਆ ਨਵਾਂ ਸ਼ਹਿਰ ਵਿੱਚ। ਪੇਸ਼ ਹੈ ਪੂਰੇ ਮਾਮਲੇ ਤੇ ਸਾਡੀ ਖਾਸ ਰਿਪੋਰਟ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਇਹਨਾਂ ਦਾਅਵਿਆਂ ਦੀਆਂ ਧੱਜੀਆਂ ਉਦੋਂ ਉੱਡਦੀਆਂ ਵੇਖੀਆਂ ਗਈਆਂ ਜਦੋਂ ਨਵਾਂ ਸ਼ਹਿਰ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਤੈਅਸ਼ੁਦਾ ਡਿਊਟੀ ਟਾਈਮਿੰਗ ਦੇ ਦਫ਼ਤਰੋਂ ਗੈਰ ਹਾਜ਼ਰ ਪਾਏ ਗਏ। ਸੂਬਾ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਨਿਯਮਾਂ ਮੁਤਾਬਿਕ ਦਫ਼ਤਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ, ਪਰ ਨਵਾਂ ਸ਼ਹਿਰ ਦੇ ਵੱਖ ਵੱਖ ਪ੍ਰਸ਼ਾਸਨਿਕ ਦਫ਼ਤਰਾਂ ਦੇ ਅਹਿਮ ਅਧਿਕਾਰੀ ਜਿਵੇਂ ਕਿ ਤਹਿਸੀਲਦਾਰ, SDM, BDO ਅਤੇ ਵਧੀਕ ਡਿਪਟੀ ਕਮਿਸ਼ਨਰ ਆਪੋ ਆਪਣੇ ਦਫ਼ਤਰਾਂ ਵਿੱਚੋਂ ਸਵੇਰੇ 9:30 ਵਜੇ ਤੋਂ ਬਾਅਦ ਵੀ ਗੈਰ ਹਾਜ਼ਰ ਪਾਏ ਗਏ। ਅਧਿਕਾਰੀਆਂ ਦੀ ਅਣਗਹਿਲੀ ਦਾ ਆਲਮ ਇਹ ਸੀ ਕਿ ਦਫ਼ਤਰਾਂ ਦੇ ਉੱਚ ਅਧਿਕਾਰੀ ਤਾਂ ਛੱਡੋ, ਕਲਰਕ ਤੱਕ ਨੇ ਸਮੇਂ ਸਿਰ ਦਫ਼ਤਰ ਅਪੜਨ ਦੀ ਜ਼ਹਿਮਤ ਨਹੀਂ ਉਠਾਈ। ਉਧਰ ਇਹਨਾਂ ਦਫ਼ਤਰਾਂ ਵਿੱਚ ਕੰਮਕਾਜ ਲਈ ਆਏ ਲੋਕ ਵੀ ਅਧਿਕਾਰੀਆਂ ਦੀ ਇਸ ਲੇਟ ਲਤੀਫੀ ਤੋਂ ਤੰਗ ਨਜ਼ਰ ਆਏ। ਉਧਰ ਨਵੀਂ ਬਣੀ ਸਰਕਾਰ ਵਿੱਚ ਵਿਧਾਇਕ ਅੰਗਦ ਸੈਣੀ ਨੇ ਮਾਮਲੇ ਤੇ ਟਿੱਪਣੀ ਕਰਦੇ ਕਿਹਾ ਕਿ ਵਕਤ ਸਿਰ ਦਫ਼ਤਰ ਨਾ ਪਹੁੰਚਣ ਵਾਲੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਉਹਨਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਕਾਜ ਤੇ ਖੁਦ ਨਿਗਰਾਨੀ ਰੱਖਣਗੇ। ਹਾਂਜੀ, ਮੇਰੇ ਅੱਜ ਧਿਆਨ 'ਚ ਗੱਲ ਲਿਆਈ ਗਈ ਸੀ। ਅੱਜ ਮੈਂ ਚੰਡੀਗੜ੍ਹ ਸੀ, ਮੈਨੂੰ ਨਹੀਂ ਪਤਾ ਸੀ ਕਿ ਇੱਦਾਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਕੁਛ ਅਫਸਰ ਜਿਹੜੇ ਆ ਉਹ ਸਮੇਂ ਸਿਰ ਆਪਣੀ ਕੁਰਸੀ 'ਤੇ ਆ ਕੇ ਨਹੀਂ ਬਹਿ ਰਹੇ, ਆਪਣੇ ਦਫ਼ਤਰਾਂ 'ਚ ਨਹੀਂ ਆ ਰਹੇ। ਮੇਰੇ ਧਿਆਨ 'ਚ ਇਹ ਗੱਲ ਲਿਆਂਦੀ ਗਈ ਹੈ, ਜੇ ਕੋਈ ਇਹੋ ਜਿਹਾ ਅਫਸਰ ਆਉਣ ਵਾਲੇ ਸਮੇਂ 'ਚ ਫੜਿਆ ਜਾਊਗਾ ਟਾਈਮ ਸਿਰ ਆਪਣੇ ਦਫ਼ਤਰ 'ਚ ਨਹੀਂ ਪਹੁੰਚਦੇ ਹੋਏ, ਤਾਂ ਉਹਦੇ ਖਿਲਾਫ਼ ਜਿਹੜੀ ਸਖ਼ਤ ਤੋਂ ਸਖ਼ਤ ਬਣਦੀ ਕਾਰਵਾਈ ਆ ਜ਼ਰੂਰ ਕੀਤੀ ਜਾਊਗੀ। ਪੂਰੇ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਅਫਸਰ ਡਿਊਟੀ 'ਤੇ ਹਾਜ਼ਰ ਨਹੀਂ ਸਨ ਉਹਨਾਂ ਦੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ। ਇਸ ਕੇ ਅੰਦਰ ਬਹੁਤ ਹੀ ਸਪੈਸੀਫਿਕਲੀ ਜਿਹੜਾ ਹੈਗਾ ਸਰਕਾਰ ਵੱਲੋਂ ਆਰਡਰ ਹੈਗਾ ਕਿ ਜੇ 9 ਵਜੇ ਸੇ ਸਾਰੇ ਅਧਿਕਾਰੀ ਹੈਗੇ ਦਫ਼ਤਰ ਵਿੱਚ ਹਾਜ਼ਰ ਹੋਣਗੇ, ਜੇਕਰ ਇੱਦਾਂ ਦਾ ਨਹੀਂ ਹੈਗਾ, ਅਗਰ ਕੋਈ ਅਫਸਰ ਲੇਟ ਹੋ ਰਹੇ ਹੈਗੇ ਤਾਂ ਉਹਨਾਂ ਦਾ ਬਕਾਇਦਾ ਉਹਨਾਂ ਦਾ ਸ਼ੁਕਰ ਨਿਕਾਲ ਕੇ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਕਿਵੇਂ ਹੋਇਆ ਹੈਗਾ। ਇਸ ਦੇ ਅੰਦਰ ਇਹ ਵੀ ਹੈਗਾ ਕਿ ਜੇਕਰ ਕਿਤੇ ਜਾਂਦੇ ਵੀ ਹੈਗੇ ਤਾਂ ਬਕਾਇਦਾ ਨੋਟਿਸ ਬੋਰਡ 'ਤੇ ਲਗਾਉਣਾ ਹੈਗਾ ਜਾਂ ਮੂਵਮੈਂਟ ਰਜਿਸਟਰ ਵਿੱਚ ਦਰਜ ਕਰਾਉਣਾ। ਹੁਣ ਡਿਪਟੀ ਕਮਿਸ਼ਨਰ ਸਾਹਿਬ ਆਪਣੇ ਵੱਲੋਂ ਲੇਟ ਲਤੀਫੀ ਕਰਨ ਵਾਲੇ ਅਫਸਰਾਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਤਾਂ ਕਹਿ ਰਹੇ ਨੇ, ਪਰ ਇਸ ਗੱਲ ਦਾ ਅਸਰ ਹੁੰਦਾ ਹੈ ਜਾਂ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ ਹੈ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਨਿਊਜ਼ ਡੈਸਕ ਤੋਂ ਹਰਪ੍ਰੀਤ ਸਿੰਘ ਦੇ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਸੁਖਦੇਵ ਉੜਾਪਰ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।